ਝੜੀ ਮਾਰ ਲੱਗੇ ਤੇ ਨਾਲ ਹੀ ਭਾਜੀ ਉੱਥੇ ਸ਼ੋਰਟ ਸਰਕਟ ਹੋ ਗਿਆ। ਉਸ ਤੋਂ ਬਾਅਦ ਮੈਨੂੰ ਕੋਈ ਪਤਾ ਹੀ ਨਹੀਂ ਕੀ ਹਿਸਾਬ ਤਾ ਕੀ ਨਹੀਂ। ਜਦੋਂ ਇਹ ਕੰਮ ਕਰਨ ਚੜਿਆ ਜਿਸ ਤਰ੍ਹਾਂ ਅੱਗੇ ਗੈਂਟਰੀ 'ਤੇ ਚੜ੍ਹਿਆ ਤਾਂ ਉਹਦੇ ਕਰੰਟਾਂ ਨੂੰ ਤਾਰਾਂ ਨੂੰ ਆਪਣੇ ਨੂੰ ਖਿੱਚ ਲਿਆ ਪੁੱਠੇ ਪਾਸੇ ਡਿੱਗ ਗਿਆ ਇਹਦੀਆਂ ਤਾਰਾਂ ਵਿੱਚ ਦੋਨੋਂ ਹੱਥ ਆ ਗਏ। ਵਿਆਹ ਤਾਂ ਭਾਈ ਮੇਰਾ ਹੋਇਆ ਸੀਗਾ ਵੀ ਆਪਣੇ 26 ਤਰੀਕ ਨੂੰ ਹੋਇਆ ਸੀਗਾ। ਉਹ ਤੋਂ ਮੈਂ ਕਿਹਾ 15-20 ਦਿਨ ਬਾਅਦ 'ਚ ਹੀ ਹੋ ਗਿਆ ਭਾਈ। ਮੇਰਾ ਜਿਹੜਾ ਗੁਜ਼ਾਰਾ ਵੀ ਸਿਰ 'ਤੇ ਚੱਲਦਾ ਸੀਗਾ, ਹੁਣ ਇਹਦੀ ਹਾਲਾਤ ਇੰਨੇ ਖਰਾਬ ਹੋ ਚੁੱਕੇ ਕਿ ਮੈਂ ਮੰਗਣ ਤੋਂ ਵੀ ਬਾਜ਼ਾਰ ਹੋ ਗਿਆ। ਇੱਕ ਨੌਜਵਾਨ ਘਰੋਂ ਸੁੱਖੀ ਸਾਂਦੀ ਆਪਣੇ ਕੰਮ ਤੇ ਨਿਕਲਿਆ। ਉਸ ਨੂੰ ਨਹੀਂ ਸੀ ਪਤਾ ਉਸ ਦੇ ਨਾਲ ਕੁਝ ਅਜਿਹਾ ਵਾਪਰ ਜਾਵੇਗਾ ਜੋ ਉਸ ਨੂੰ ਪੂਰੀ ਜ਼ਿੰਦਗੀ ਦੇ ਲਈ ਹੀ ਅਪਾਹਜ ਬਣਾ ਕੇ ਰੱਖ ਦੇਵੇਗਾ। ਤਕਰੀਬਨ 1.5 ਮਹੀਨੇ ਪਹਿਲਾਂ ਦੀ ਗੱਲ ਹੈ, ਸਵਿਤਰੀ ਪਲਾਈਵੁੱਡ ਫੈਕਟਰੀ 'ਚ ਪਾਣੀ ਦੀ ਨਿਕਾਸੀ ਦੇ ਲਈ ਪਾਈਪ ਪਾਉਣ ਦੇ ਲਈ ਨੌਜਵਾਨ ਗਿਆ ਸੀ ਜਿਸ ਨੂੰ ਕਰੰਟ ਲੱਗਾ ਅਤੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਡਾਕਟਰਾਂ ਦੇ ਵੱਲੋਂ ਨੌਜਵਾਨ ਦੇ ਦੋਨੋਂ ਹੱਥ ਕੱਟ ਦਿੱਤੇ ਗਏ। ਇਲਾਜ ਦੇ ਦੌਰਾਨ ਨੌਜਵਾਨ ਮਹੀਨੇ ਬਾਅਦ ਆਪਣੇ ਘਰ ਪਿੰਡ ਬੱਸੀ ਮਰੂਫ ਵਿਖੇ ਪਹੁੰਚਿਆ। ਪੱਤਰਕਾਰਾਂ ਨੂੰ ਭਾਵੁਕ ਹੋ ਕੇ ਉਸਨੇ ਸਾਰੀ ਹੱਡ ਬੀਤੀ ਦੱਸੀ। ਕੀ ਨਾਮ ਹੈ? ਸੰਦੀਪ ਕੁਮਾਰ ਹੈ ਜੀ। ਭਾਜੀ ਕੀ ਹੋਇਆ ਸੀ? ਭਾਈ ਮੈਂ ਆਪਣਾ ਪਲੰਬਰ ਦਾ ਕੰਮ ਕਰਦਾ ਜੀ ਉੱਥੇ ਫੈਕਟਰੀ 'ਚ। ਮੈਂ ਪਲੰਬਰ ਦਾ ਕੰਮ ਕਰਦਾ ਸੀਗਾ ਤਾਂ ਉਹ ਮੈਨੂੰ ਸਾਥ ਦੇ ਦਿੰਦੇ ਸੀਗੇ ਫੈਕਟਰੀ 'ਚ। ਪ੍ਰਾਈਵੇਟ ਫੈਕਟਰੀ ਆ, ਸਮਿਤੀ ਫੈਕਟਰੀ, ਉੱਥੇ ਭਾਜੀ ਇਹਨਾਂ ਨੇ ਸੱਦਿਆ ਤਾਂ ਜਦੋਂ ਮੈਂ ਗਿਆ ਤਾਂ ਫਿਰ ਨਾ ਉੱਥੇ ਮੇਰਾ ਪਲੰਬਰ ਦਾ ਕੰਮ ਸੀ, ਉੱਥੇ ਪਾਈਪਾਂ ਜਿਹੀਆਂ ਪਾਣੀਆਂ ਸੀਗੀਆਂ। ਪਾਈਪਾਂ ਜਿਹੀਆਂ ਭਾਜੀ ਪਾਣੀਆਂ ਸੀ ਤਾਂ ਇੱਕ ਪਾਸੇ ਦਾ ਆਪਾਂ ਝੜੀ ਜਿਹੀ ਮਾਰ ਦਿੱਤੀ, ਦੂਸਰੇ ਪਾਸੇ ਝੜੀ ਮਾਰ ਲੱਗੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਆਪਾਂ ਤਾਰਾਂ ਆ। ਉਹ ਕਹਿੰਦੇ ਤਾਰਾਂ, ਕਹਿੰਦੇ ਕੋਈ ਨਾ ਆਪਾਂ ਲਾਈਟ ਬੰਦ ਕਰਾ ਦਾਂਗੇ ਤਾਂ ਤੁਸੀਂ ਨਾ ਉਦੋਂ ਫਿਰ ਝੜੀ ਮਾਰ ਲਿਓ ਆਪਣੀ। ਅਸੀਂ ਭਾਜੀ ਜਿਲ੍ਹੇ ਸ਼ਾਮ ਨੂੰ ਫਿਰ ਆਪਾਂ ਨਾ ਮਤਲਬ ਝੜੀ ਮਾਰ ਲੱਗੇ, ਉਹ ਕਹਿੰਦੇ ਤੁਸੀਂ ਨਾ ਕਹਿੰਦੇ ਝੜੀ ਮਾਰ ਲਓ, ਕਹਿੰਦੇ ਲਾਈਟ ਬੰਦ ਕਰ ਦਿੱਤੀ ਆ। ਬਸ ਉਸ ਤੋਂ ਬਾਅਦ ਭਾਜੀ ਆਪਾਂ ਜਿਲ੍ਹੇ ਆਪਾਂ ਤਾਂ ਉਸ ਬੰਦੇ 'ਤੇ ਵਿਸ਼ਵਾਸ ਕਰਨਾ ਸੀ। ਉਹ ਫਿਰ ਜਿਲ੍ਹੇ ਭਾਜੀ ਆਪਾਂ ਨਾ ਫਿਰ ਗਏ ਅਤੇ ਜਿਹੜੇ ਝੜੀ ਮਾਰ ਲੱਗੇ ਤਾਂ ਨਾਲ ਹੀ ਭਾਜੀ ਉੱਥੇ ਸ਼ੋਰਟ ਸਰਕਟ ਹੋ ਗਿਆ। ਉਸ ਤੋਂ ਬਾਅਦ ਮੈਨੂੰ ਕੋਈ ਪਤਾ ਹੀ ਨਹੀਂ ਕੀ ਹਿਸਾਬ ਤਾ ਕੀ ਨਹੀਂ। ਵਿਆਹ ਤਾਂ ਭਾਈ ਮੇਰਾ ਹੋਇਆ ਸੀਗਾ ਵੀ ਆਪਣੇ 26 ਤਰੀਕ ਨੂੰ ਹੋਇਆ ਸੀਗਾ। ਉਸ ਤੋਂ ਮੈਂ ਕਿਹਾ 15-20 ਦਿਨ ਬਾਅਦ 'ਚ ਹੀ ਹੋ ਗਿਆ ਭਾਈ। ਕੀ ਹਾਲਾਤ ਹੈ ਇਸ ਵੇਲੇ ਤੁਹਾਡੇ? ਹਾਲਾਤ ਤੁਹਾਡੇ ਸਾਹਮਣੇ ਭਾਜੀ ਬਹੁਤ ਮਾੜੇ ਆ। ਹੁਣ ਸਾਰੀ ਜ਼ਿੰਦਗੀ ਭਰ ਹੀ ਹੁਣ ਇੱਦਾਂ ਹੀ ਰਹਿ, ਤੁਹਾਨੂੰ ਪਤਾ ਹੀ ਆ, ਹੱਥ ਹੁਣ ਹੈ ਨਹੀਂ, ਘਰ ਦੀ ਵੀ ਹਾਲਤ ਇੰਨੀ ਵਧੀਆ ਨਹੀਂ। ਹਾਂਜੀ, ਕੀ ਮੰਗ ਕਰਦੇ ਆ? ਮੈਂ ਤਾਂ ਇਹੀ ਚਾਹੁੰਦਾ ਕਿ ਭਾਈ ਮੇਰੀ ਵੱਧ ਤੋਂ ਵੱਧ ਸਭ ਮਦਦ ਕੀਤੀ ਜਾਵੇ। ਨੌਜਵਾਨ ਹੁਣ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਇਸ ਮੁਸ਼ਕਲ ਘੜੀ ਦੇ ਵਿੱਚ ਉਸਦੀ ਬਾਂਹ ਫੜੀ ਜਾਵੇ ਤਾਂ ਜੋ ਉਹ ਵੀ ਸੁਖਾਲਾ ਹੋ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ। ਸੁਖਰਾਮ ਜੀ। ਸੁਖਰਾਮ ਜੀ, ਕਿਹੜਾ ਪਿੰਡ ਆ? ਬੱਸੀ ਮਰੂਫ ਸਹਿਣਪੁਰ। ਕੀ ਹੋਇਆ ਤੁਹਾਡੇ ਲੜਕੇ ਨੂੰ? ਸਾਡੇ ਲੜਕੇ ਨੇ ਫੈਕਟਰੀ ਵਾਲਿਆਂ ਨੂੰ ਬੁਲਾਇਆ, ਇਹ ਪਲੰਬਰ ਦਾ ਕੰਮ ਕਰਦਾ ਸੀ, ਇਹਨੇ ਇਹੋ ਜਿਹਾ ਹਾਦਸਾ ਹੋਇਆ ਕਿ ਜਦ ਦੱਸਿਆ ਜਾਊਗਾ ਨਹੀਂ। ਮੇਰਾ ਜਿਹੜਾ ਗੁਜ਼ਾਰਾ ਵੀ ਸਿਰ 'ਤੇ ਚੱਲਦਾ ਸੀਗਾ, ਹੁਣ ਇਹਦੀ ਹਾਲਾਤ ਇੰਨੇ ਖਰਾਬ ਹੋ ਚੁੱਕੇ ਕਿ ਮੈਂ ਮੰਗਣ ਤੋਂ ਵੀ ਬਾਜ਼ਾਰ ਹੋ ਗਿਆ। ਕੀ ਨਾਮ ਬੇਟੇ ਦਾ? ਸੰਦੀਪ ਕੁਮਾਰ। ਕਿਹੜੀ ਫੈਕਟਰੀ 'ਚ ਗਿਆ? ਇਹ ਸਵਿਤਰੀ ਪ੍ਰਾਈਵੇਟ ਫੈਕਟਰੀ 'ਚ ਗਿਆ ਸੀਗਾ ਕੰਮ ਕਰਨ। ਗੱਲ ਇਹ ਗਿਆ ਸੀਗਾ 17-7 ਨੂੰ, ਫੈਕਟਰੀ ਵਾਲੇ ਮਾਲਕਾਂ ਨੇ ਉਹਨੂੰ ਬੁਲਾਇਆ ਸੀਗਾ, ਪਲੰਬਰ ਦਾ ਕੰਮ ਕਰਦਾ ਸੀ ਇਹ, ਅਤੇ ਉੱਥੇ ਕੰਮ ਕਰਨ ਗਿਆ ਅਤੇ ਉੱਥੋਂ ਬਾਅਦ 12 ਵਜੇ ਨੇ ਕਿਹਾ ਵੀ ਰੋਟੀ ਮੈਂ ਬਾਅਦ 'ਚ ਕੰਮ ਕਰਨਾ ਹੈਗਾ, ਪਹਿਲਾਂ ਬਿਜਲੀ ਦੇ ਕੰਮ ਬੱਤੀ ਬੰਦ ਕਰਾਓ। ਅਤੇ ਇਹ ਜਦੋਂ ਗਿਆ ਤਾਂ ਉਹਨੇ ਕੀਤਾ, 3 ਵਜੇ ਗਿਆ ਇੱਥੋਂ ਰੋਟੀ ਰੋਟੀ ਖਾ ਕੇ, ਅਤੇ ਉੱਥੇ ਉਹਨੇ ਬਾਲੇ ਦੇ ਨਾਲ ਨਾ ਜੀ ਆਈ ਤਾਰ ਨੂੰ ਅੱਗੇ ਚੱਕ ਦਿੱਤਾ ਅਤੇ ਕਹਿਤਾ ਇਹ 'ਚ ਹੁਣ ਕਰੰਟ ਹੈ, ਤੁਸੀਂ ਆਪਣਾ ਕੰਮ ਕਰ ਲਓ। ਜਦੋਂ ਇਹ ਕੰਮ ਕਰਨ ਚੜਿਆ ਜਿਸ ਤਰ੍ਹਾਂ ਅੱਗੇ ਗੈਂਟਰੀ 'ਤੇ ਚੜਿਆ ਤਾਂ ਉੱਥੇ ਕਰੰਟਾਂ ਨੂੰ ਤਾਰਾਂ ਨੂੰ ਆਪਣੇ ਨੂੰ ਖਿੱਚ ਲਿਆ ਪੁੱਠੇ ਪਾਸੇ ਡਿੱਗ ਗਿਆ, ਇਹਦੀਆਂ ਤਾਰਾਂ ਵਿੱਚ ਦੋਨੋਂ ਹੱਥ ਆ ਗਏ ਅਤੇ ਇਹ ਕਾਇਲ ਹੋ ਗਿਆ। ਬਹੁਤ ਗੰਭੀਰ ਹਾਲਤ ਵਿੱਚ ਸੀਗਾ ਅਤੇ ਫੈਕਟਰੀ ਨੂੰ ਐਂਬੂਲੈਂਸ ਵਿੱਚ ਲਿਜਾ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਇਲਾਜ ਕਰਾਇਆ ਐਮਰਜੈਂਸੀ ਵਿੱਚ। ਉਹਨਾਂ ਨੇ ਸਾਨੂੰ ਰੈਫਰ ਕਰਤਾ ਵੀ ਚੰਡੀਗੜ੍ਹ ਚਲ ਜਾਓ ਜਾਂ ਅੰਮ੍ਰਿਤਸਰ ਚਲ ਜਾਓ। ਮੈਂ ਉਹਨਾਂ ਨੂੰ ਕਿਹਾ ਇੱਦਾਂ ਕਰੋ, ਸਾਨੂੰ IVY ਦੇ ਦਿਓ ਜਾਂ
ਸ਼ਿਵਮ ਹੋਸਪਿਟਲ ਵਿੱਚ ਦੇ ਦਿਓ ਅਤੇ ਅਸੀਂ ਇਹਦੀ ਹਾਲਤ ਨਾਜ਼ੁਕ ਦੇਖਦੇ ਹੋਏ ਅਤੇ ਅਸੀਂ ਸਿਵਲ ਆਪਣੇ ਆਈ ਵੀ ਵਾਈ ਹੋਸਪਿਟਲ ਵਿੱਚ ਐਡਮਿਟ ਕਰਾ ਦਿੱਤਾ। ਕਿੰਨਾ ਖਰਚਾ ਹੋਇਆ ਆਈ ਵੀ ਵਾਈ ਕਿੰਨਾ ਸਾਰਾ ਕੀਤਾ ਜੀ? ਆਈ ਵੀ ਵਾਈ ਦੇ ਵਿੱਚ ਸਾਡਾ ਤਕਰੀਬਨ 7,85,000 ਦੇ ਕਰੀਬ ਖਰਚਾ ਹੋ ਚੁੱਕਾ। ਅੱਗੇ ਜਿਹੜੀ ਹੁਣ ਸਰਜਰੀ ਸਿਰ ਦੀ ਹੋਣੀ ਆ ਉਹ ਵੀ ਇੱਕ ਹਫ਼ਤੇ ਬਾਅਦ ਉਹਨੂੰ ਬਰਾਇਆ ਜਿਹੜਾ ਕਿ 2-2.5 ਲੱਖ ਦਾ ਉਹ ਵੀ ਖਰਚਾ ਹੈਗਾ। ਘਰ ਦੇ ਹਾਲਾਤ ਇੰਨੇ ਵਧੀਆ ਅਤੇ ਮੇਰੇ ਘਰ ਦੇ ਹਾਲਾਤ ਤੁਸੀਂ ਦੇਖ ਲਓ, ਦੇਖ ਸਕਦੇ ਹੋ ਇਹਦੇ ਸਿਰ 'ਤੇ ਸੀਗਾ ਅਤੇ ਇਹ ਉਹਦੀ ਹਾਲਾਤ ਹੁਣ ਹੈ ਨਹੀਂ ਬਸ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਦੇ ਨਾਲ ਦਾ ਟੀਵੀ NRI।